ਭਈ ਖੱਟਰ ਸਾਹਿਬ ਦੇ ਕੋਲ ਕੋਈ ਜਵਾਬ ਨਹੀਂ ਹੈ ਉਹ ਉਹਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਜਿਨ੍ਹਾਂ ਦੀਆਂ ਨਸਲਾਂ ਤੇ ਫਸਲਾਂ ਤੁਸੀਂ ਤਬਾਹ ਕਰ ਰਹੇ ਹੋ ਕਿ ਉਹਨਾਂ ਨੂੰ ਵਿਰੋਧ ਕਰਨ ਦਾ ਹੱਕ ਨਹੀਂ ਕਿ ਉਹ ਆਪਣਾ ਵਿਰੋਧ ਨਾ ਜਤਾਨ ਉਤਰ ਕੇ ਛੜਕਾਂ ਦੇ ਉੱਪਰ ਔਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਭਈ ਤੁਹਾਨੂੰ ਇਸ ਗੱਲ ਵਾਸਤੇ ਪਰੇਸ਼ਾਨੀ ਹੋਈ ਹੈ ਕਿ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਕਿਉਂ ਖਵਾਏ ਭਾਈ ਗੱਨਾ ਕਿਸਾਨਾਂ ਦੀ ਮਦਦ ਪੂਰੇ ਦੇਸ਼ ਨਾਲੋਂ ਜ਼ਿਆਦਾ ਜਿਹੜਾ ਰੇਟ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਇਹ ਵਿਧਾਨ ਸਭਾ ਚ ਬਿੱਲ ਲੈ ਕੇ ਆਇਆ ਹੈ ਕਿਸਾਨਾਂ ਦੀ ਆਵਾਜ਼ ਬਣਿਆ ਤੇ ਜਿਹੜਾ ਕਿਸਾਨਾਂ ਦੀ ਆਵਾਜ਼ ਬਣੇ ਤੇ ਉਹਦੇ ਮੂੰਹ 'ਚ ਲੱਡੂ ਪੈਂਦਾ ਨਾ ਤੇ ਤੁਸੀਂ ਕਿਸਾਨਾਂ ਦਾ ਵਿਰੋਧ ਕਰ ਰਹੇ ਹੋ ਭਾਜਪੀ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ ਖੱਟਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤਿੰਨੇ ਖੇਤੀ ਕਾਨੂੰਨ ਕੈਨਸਲ ਕਰਵਾਓ ਮੁੱਖ ਮੰਤਰੀ ਪੰਜਾਬ ਪੂਰਾ ਪੰਜਾਬ ਇਹ ਤੁਹਾਨੂੰ ਆ ਕੇ ਲੱਡੂ ਖਵਾਏਗਾ ਤੁਹਾਡਾ ਮਿੱਠਾ ਮੂੰਹ ਕਰਾਏਗਾ ਤੇ ਨੰਗੇ ਪੈਰੀ ਮੋਦੀ ਸਾਹਿਬ ਦਾ ਵੀ ਧੰਨਵਾਦ ਕਰਨ ਜਾਵਾਂਗੇ ਕਿਸਾਨਾਂ ਦੀ ਆਵਾਜ਼ ਸੁਣੋ ਕਿਸਾਨਾਂ ਦੇ ਜ਼ੁਲਮ ਬੰਦ ਕਰੋ